ਦੋਸਤੋ ਸਭ ਤੋਂ ਪਹਿਲਾਂ ਗੱਲ ਕਰਨ ਜਾ ਰਹੇ ਹਾਂ ਕਰਨ ਆਇਲਾ ਤੋਂ ਦਾਸ ਨੇ ਦੋਸਤੋ ਕਰਨ ਆਇਲਾ ਦੀ ਜਿਹੜੀ ਐਲਬਮ ਹੈਗੀ ਉਹਦੀ ਵੇਟ ਕੀਤੀ ਜਾ ਰਹੀ ਹੈ ਫੈਨਸ ਵੱਲੋਂ ਤੇ ਕਰਨ ਆਇਲਾ ਦੀ ਇਸ ਐਲਬਮ ਬਾਰੇ ਆਫੀਸ਼ੀਅਲੀ ਕੋਈ ਵੀ ਜਾਣਕਾਰੀ ਹਜੇ ਤੱਕ ਨਹੀਂ ਦਿੱਤੀ ਗਈ ਜੀहां ਦੋਸਤੋ ਕਾਫੀ ਦਿਨ ਹੋ ਚੁੱਕੇ ਨੇ ਕਰਨ ਆਇਲਾ ਨੇ ਨਾ ਤਾਂ ਜੀ ਰਿਲੀਜ਼ਡ ਬਾਰੇ ਕੁਝ ਕਿਹਾ ਹੈ ਤੇ ਨਾ ਹੀ ਇਹਦੇ ਪੋਸਟਰ ਬਾਰੇ ਕਿਹਾ ਕਿ ਕਦੋਂ ਕਰਨ ਆਇਲਾ ਇਸ ਐਲਬਮ ਦਾ ਪੋਸਟਰ ਸ਼ੇਅਰ ਕਰਨਗੇ ਹਾਲਾਂਕਿ ਉਹਨੇ ਆਪਣੀ ਲਾਸਟ ਸਟੋਰੀ ਦੇ ਵਿੱਚ ਇਨੀ ਗੱਲ ਕਰਦੀ ਸੀਗੇ ਆਰਮ ਦਾ ਪੋਸਟਰ ਛੇਤੀ ਸ਼ੇਅਰ ਕਰਾਂਗੇ ਲੇਕਿਨ ਉਹਨਾਂ ਨੇ ਡੇਟ ਨਹੀਂ ਦੱਸੀ ਸੀ ਹੁਣ ਦੋਸਤੋ ਕਰਨ ਆਇਲਾ ਦੀ ਕੁ ਜਾ ਰਿਹਾ ਕਿ ਕਰਨ ਔਰਦੇ ਦੀ ਆਉਣ ਵਾਲੀ ਐਲਬਮ ਦੇ ਵਿੱਚੋਂ ਇਹ ਕੁਝ ਗਾਣੇ ਦੀਆਂ ਵੀਡੀਓਜ਼ ਨੇ ਜਿਹੜੀਆਂ ਸ਼ੂਟ ਹੁੰਦੀਆਂ ਪਈਆਂ ਨੇ ਤੇ ਇਹਨਾਂ ਦੇ ਉੱਪਰ ਕੰਮ ਚੱਲਦਾ ਪਿਆ। ਯਾਨੀ ਕਿ ਆਪਾਂ ਨੂੰ ਛੇਤੀ ਕਰਨ ਔਰਦੇ ਦੀ ਐਲਬਮ ਵੀਡੀਓ ਸਮੇਤ ਦੇਖਣ ਨੂੰ ਮਿਲੇਗੀ ਤੇ ਕਰਨ ਔਰਦੇ ਦੇ ਫੈਨਸ ਚਾਹੁੰਦੇ ਨੇ ਕਿ ਇਹਦੀ ਰੀਲੀਜ਼ ਡੇਟ ਕਮ ਸੇ ਕਮ ਸ਼ੇਅਰ ਕੀਤੀ ਜਾਏ ਤਾਂ ਜੋ ਪਤਾ ਲੱਗ ਸਕੇ ਕਿ ਐਲਬਮ ਕਦੋਂ ਰਿਲੀਜ਼ ਹੋਣੀ ਹੈ। ਨਾਲ ਦੋਸਤ ਗੱਲ ਕਰਨਿਆ ਬਾਲੀਵੁੱਡ ਐਕਟਰ ਤਮੰਨਾ ਬਾੜੀਆ ਦੀ। ਤਮੰਨਾ ਬਾੜੀਆ ਵੱਲੋਂ ਦੋਸਤੋ ਦੋ ਪ੍ਰੋਜੈਕਟ ਜਿਹੜੇ ਆਉਂਦੇ ਪਏ ਨੇ ਕਿਹਾ ਜਾ ਰਿਹਾ ਕਿ ਬਾਲੀਵੁੱਡ ਦੀ A ਸੈਕਟਰ ਕਬ ਸੀਰੀਜ਼ ਦੇ ਵਿੱਚ ਦਿਖਾਇਆ ਹੈ ਨਾ ਪ੍ਰੋਜੈਕਟਸ ਦੇ ਵਿੱਚ ਦਿਖਾਇਆ ਹੈ ਇੱਕ ਦਾ ਨਾਮ ਦੋਸਤੋ ਹੈਗਾ ਜੀਕਾਰ ਦਾ ਦੂਸਰਾ ਨਾਮ ਹੈਗਾ ਲਾਸਟ ਸਟੋਰੀ 2 ਤੇ ਇਹਨਾਂ ਦੋਵਾਂ ਟ੍ਰੇਲਰ ਰਿਲੀਜ਼ ਹੋ ਚੁੱਕੇ ਨੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਇਹਨੀਆਂ ਵੀਡੀਓ ਕਲਿੱਪਸ ਕਾਫੀ ਜ਼ਿਆਦਾ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਤੇ ਬਾਲੀਵੁੱਡ ਦੀ ਇਹ ਐਕਟਰਸ ਦਵੰਨਾ ਬਾੜੀਆਂ ਹੁਣ ਚਾਚਾ ਦੇ ਵਿੱਚ ਬਣੀ ਹੋਈ ਹੈ ਸਿਰਫ ਇਹਨਾਂ ਦੋ ਟ੍ਰੇਲਰਸ ਕਰਕੇ ਬਾਕੀ ਹੋਰ ਅਪਡੇਟਸ ਚਾਹੋ ਦੋਸਤੋ ਸਬਸਕ੍ਰਾਈਬ ਕਰ ਲਓ ਮਿਲਦੇ ਆ ਦੋਸਤੋ ਹੋਰ ਵੀਡੀਓਸ ਦੇ ਨਾਲ ਧੰਨਵਾਦ